ਕੀ ਆ ਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੁਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਨਵੇਂ ਡੀਜੀਪੀ ਦੀ ਨਿਯੁਕਤੀ ਮਾਮਲੇ ਵਿੱਚ ਨਵਜੋਤ ਸਿੱਧੂ ਤੇ ਭਾਰੇ ਭਾਈ ਚਰਨਜੀਤ ਚੰਨੀ ਪਾਵੇਂ ਪੰਜਾਬ ਦੇ ਵਿੱਚ ਡੀਜੀਪੀ ਦੀ ਨਿਯੁਕਤੀ ਨੂੰ ਲੈ ਕੇ ਨਵਜੋਤ ਸਿੱਧੂ ਆਈਪੀਐਸ ਅਧਿਕਾਰੀ ਚਾਟੋ ਪਾਦਾਏ ਦਾ ਨਾਮ ਦੀ ਸਿਫਾਰਸ਼ ਕਰਨ ਵਿੱਚ ਲੱਗੇ ਸਨ ਪਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਖਰਕਾਰ 1988 ਬੈਚ ਦੇ ਆਈਪੀਐਸ ਅਧਿਕਾਰੀ ਇਕਬਾਲਪ੍ਰੀਤ ਸਿੰਘ ਸਹੋਤਾ ਦੀ ਨਿਯੁਕਤੀ ਕਰਵਾਈ ਡੀਜੀਪੀ ਦਾ ਅਹੁਦਾ ਕਾਫੀ ਅਹਿਮ ਮੰਨਿਆ ਜਾਂਦਾ ਇਸ ਲਈ ਮੁੱਖ ਮੰਤਰੀ ਦੀ ਸ਼ੁਰੂ ਤੋਂ ਕੋਸ਼ਿਸ਼ ਸੀ ਕਿ ਇਹ ਅਹਿਮ ਅਹੁਦੇ ਤੇ ਆਪਣੇ ਭਰੋਸੇਯੋਗ ਅਧਿਕਾਰੀ ਦੀ ਨਿਯੁਕਤੀ ਕਰਵਾਈ ਜਾਵੇ ਜਿਸ ਵਿੱਚ ਉਹ ਸਫਲ ਹੋ ਚੁੱਕੇ ਹਨ ਕਿਸਾਨੀ ਸੰਘਰਸ਼ ਵਿੱਚ ਸ਼ਹੀਦ ਹੋਏ ਕਿਸਾਨ ਦੇ ਘਰ ਸੀਐਮ ਚੰਨੀ ਨੇ ਖਾਦੀ ਰੋਟੀ ਸੌਂਪਿਆ ਨਿਯੁਕਤੀ ਪੱਤਰ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਲ ਬਟਿੰਡਾ ਦੌਰੇ ਤੇ ਸਨ ਜਿੱਥੇ ਉਹਨਾਂ ਨੇ ਗੁਲਾਬੀ ਸੂਂਦੀ ਦੇ ਨਾਲ ਨੁਕਸਾਨੀ ਗਈ ਫਸਲ ਦਾ ਵੀ ਜਾਇਜ਼ਾ ਲਿਆ ਤੇ ਕਿਸਾਨਾਂ ਲਈ ਵੱਡੇ ਐਲਾਨ ਵੀ ਕੀਤੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਮਾਲਵਾ ਖੇਤਰ ਦੇ ਵਿੱਚ ਫਸਲਾਂ ਤੇ ਗੁਲਾਬੀ ਕੀੜਿਆਂ ਦੇ ਹਮਲੇ ਦੇ ਮੱਦੇਨਜ਼ਰ ਸਰਕਾਰ ਨੇ ਇਸ ਕੀੜੇ ਨੂੰ ਖਤਮ ਕਰਨ ਲਈ ਬਠਿੰਡਾ ਤੇ ਮਾਨਸਾ ਵਿੱਚ ਮੁਫਤ ਕੀਟਨਾਸ਼ਕ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਹੈ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਹ ਹੁਕਮ ਮਾਲਵੇ ਦੇ ਕਿਸਾਨਾਂ ਦੀਆਂ ਸ਼ਿਕਾਇਤਾਂ ਸੁਣਨ ਤੋਂ ਬਾਅਦ ਦਿੱਤੇ ਇਸ ਦੇ ਨਾਲ ਹੀ ਬਠਿੰਡਾ ਦੇ ਵਿੱਚ ਉਹਨਾਂ ਦਾ ਇੱਕ ਵੱਖਰਾ ਅੰਦਾਜ਼ ਦੇਖਣ ਨੂੰ ਮਿਲਿਆ ਜਿੱਥੇ ਉਹਨਾਂ ਨੇ ਨੁਕਸਾਨੀ ਫਸਲ ਬਾਰੇ ਜਾਣਕਾਰੀ ਦਿੰਦੇ ਹੋਏ ਇੱਕ ਕਿਸਾਨ ਭਾਵਕ ਹੋ ਗਿਆ ਜਿਸ ਨੂੰ ਮੁੱਖ ਮੰਤਰੀ ਨੇ ਜੱਫੀ ਵੀ ਪਾਈ ਜਿਸ ਤੋਂ ਬਾਅਦ ਮੁੱਖ ਮੰਤਰੀ ਕਿਸਾਨ ਅੰਦੋਲਨ ਦੇ ਵਿੱਚ ਸ਼ਹੀਦ ਹੋਏ ਕਿਸਾਨ ਮਜ਼ਦੂਰ ਸੁਖਪਾਲ ਸਿੰਘ ਪਿੰਡ ਮੰਡੀਕਲਾ ਪਹੁੰਚੇ ਜਿੱਥੇ ਉਹਨਾਂ ਨੇ ਉਸ ਦੇ ਵੱਡੇ ਪ੍ਰਵਾਹ ਨੂੰ ਨਿਯੁਕਤੀ ਪੱਤਰ ਸੌਂਪਿਆ ਤੇ ਉਸ ਦੇ ਘਰ ਬੈਠ ਕੇ ਰੋਟੀ ਵੀ ਖਾਧੀ ਸ਼੍ਰੀ ਮੁਕਤਸਰ ਸਾਹਿਬ ਪੇਪਰ ਦੇ ਨਾਈ ਕੁੜੀ ਨੂੰ ਕਾਂਸਟੇਬਲ ਨੇ ਮਾਰਿਆ ਥੱਪੜ ਇਹ ਇਹ ਪਿੰਡ ਤੋਂ ਲੜਕੀ ਪਿੰਡ ਪਾਲੀ ਵਾਲਾ ਤਹਿਸੀਲ ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਦੀ ਰਹਿਣ ਵਾਲੀ ਹੈ ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਰੋਡ ਸ਼੍ਰੀ ਮੁਖਤਰ ਸਾਹਿਬ ਵਿੱਚ ਪੁਲਿਸ ਕਾਂਸਟੇਬਲ ਦਾ ਪੇਪਰ ਦੇਣ ਆਈ ਸੀ ਜਦੋਂ ਉਹ ਪੇਪਰ ਦੇਣ ਲਈ ਦਾਖਲ ਹੋਣ ਲੱਗੀ ਤਾਂ ਉੱਥੇ ਤਣਾਇਤ ਕਾਂਸਟੇਬਲ ਨੇ ਉਸ ਦੇ ਨਾਲ ਬਦਸਲੂਕੀ ਕੀਤੀ ਤੇ ਥੱਪੜ ਮਾਰ ਦਿੱਤਾ ਜਿਸ ਤੋਂ ਬਾਅਦ ਲੜਕੀ ਆਪਣਾ ਪੇਪਰ ਨਹੀਂ ਦੇ ਸਕੀ ਕੈਪਟਨ ਹੁਣ ਅੱਗੇ ਕੀ ਕਰਨਗੇ ਤੇ ਚੰਨੀ ਨੇ ਦਬ ਦਬਾ ਕਾਇਮ ਕਰਨਾ ਤਾਂ ਤਿੰਨ ਕੰਮ ਵੀ ਕਰਨੇ ਪੈਣਗੇ ਮੀਡੀਆ ਸਲਾਹਕਾਰ ਦੇ ਮੁਤਾਬਕ ਕੈਪਟਨ ਆਪਣੀ ਫੌਜ ਦੇ ਦਿਨਾਂ ਦੇ 47 ਸਾਥੀਆਂ ਨਾਲ ਸਮਲਾ ਗੁਜ਼ਾਰਨਗੇ ਕੈਪਟਨ ਦਾ ਅਗਲਾ ਸਿਆਸੀ ਕਦਮ ਕੀ ਅਤੇ ਕਦੋਂ ਹੋਵੇਗਾ ਇਸ ਬਾਰੇ ਸਿਰਫ ਇਹੀ ਕਿਹਾ ਜਾ ਰਿਹਾ ਕਿ ਸਮਾਂ ਆਉਣ ਤੇ ਇਸ ਬਾਰੇ ਦੱਸਣਗੇ ਫਿਲਹਾਲ ਉਹ ਕਾਂਗਰਸ ਦਾ ਹਿੱਸਾ ਹੀ ਹਨ ਇਹਨਾਂ ਹਾਲਾਤਾਂ ਦੇ ਵਿੱਚ ਸਮਰਥਕਾਂ ਦੇ ਨਾਲ ਮਿਲ ਕੇ ਇੱਕ ਨਵੀਂ ਸਿਆਸੀ ਪਾਰਟੀ ਬਣਾ ਸਕਦੇ ਨੇ ਹੋਰ ਸਿਆਸੀ ਪਾਰਟੀਆਂ ਦਾ ਹਿੱਸਾ ਬਣ ਸਕਦੇ ਨੇ ਜਾਂ ਫਿਰ ਕਾਂਗਰਸ ਦੇ ਵਿੱਚ ਰਹਿ ਕੇ ਆਪਣੀ ਨਾਰਾਜ਼ਗੀ ਜਗ ਜाहिर ਕਰ ਸਕਦੇ ਨੇ ਮੈਂ ਕੈਬਨਿਟ ਦੇ ਵਿੱਚ ਸ਼ਾਮਲ ਨਹੀਂ ਹੋ ਰਿਹਾ ਨਾਗਰਾ ਨੇ ਵੀ ਵੱਡਾ ਬਿਆਨ ਦਿੱਤਾ ਤੇ ਚਰਨਜੀਤ ਸਿੰਘ ਚੰਨੀ ਦੇ ਕੈਬਨਿਟ ਦਾ ਕੱਲ ਬਹੁਤ ਵੱਡਾ ਜਿਹੜਾ ਕਹਿੰਦੇ ਵਿਸਥਾਰ ਹੋ ਗਿਆ ਪੰਜਾਬ ਦੀ ਨਵੀਂ ਬਜ਼ਾਰਤ ਵਿੱਚੋਂ ਕੁਲਜੀਤ ਨਾਗਰਾ ਆਊਟ ਇਸ ਮੰਤਰੀ ਨੂੰ ਮਿਲੀ ਥਾਂ ਉਹਨਾਂ ਦੀ ਜਗ੍ਹਾ ਤੇ ਵਿਧਾਇਕ ਕਾਕਾ ਰਣਜੀਤ ਸਿੰਘ ਨਾਭਾ ਨੂੰ ਕੈਬਨਿਟ ਮੰਤਰੀ ਬਣਾਉਣ ਦੀ ਸੂਚਨਾ ਮਿਲੀ ਹੈ ਲੋਕਾਂ ਦਾ ਮੁੱਖ ਮੰਤਰੀ ਲੋਕਾਂ ਦਾ ਮੁੱਖ ਮੰਤਰੀ ਲੋਕਾਂ ਵਿੱਚ ਬਠਿੰਡੇ ਦੌਰੇ ਤੇ ਆਏ ਜੰਨੀ ਦਾ ਇੱਕ ਵਾਰ ਫਿਰ ਦਿਸਿਆ ਅਨੋਖਾ ਅੰਦਾਜ਼ ਸੁ ਲੋਕਾਂ ਦੇ ਵਿੱਚ ਖੜ ਕੇ ਲੋਕਾਂ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਫਿਰ ਉਹਨਾਂ ਨੇ ਨਾ ਤਾਂ ਵੱਡੀਆਂ ਗੱਡੀਆਂ ਦਾ ਕਾਫਲਾ ਸੀ ਤੇ ਨਾ ਹੀ ਕਿਸਾਨਾਂ ਦੇ ਵਿੱਚ ਉਹ ਜਾਣ ਤੋਂ ਝਿਜਕੇ ਸੁਖਵੀਰ ਬਾਦਲ ਦਾ ਮੇਨਾ ਸੁਣਣ ਦਿਨ ਚੜ੍ਹਦੇ ਹੀ ਬਠਿੰਡਾ ਪਹੁੰਚੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੀਤਾ ਵੱਡਾ ਐਲਾਨ ਗੁਲਾਬੀ ਸੁੰਡੀ ਦੇ ਕਾਰਨ ਨੁਕਸਾਨੀ ਗਈ ਨਰਮੇ ਦੀ ਫਸਲ ਦਾ ਜਾਇਜ਼ਾ ਲਿਆ ਤੇ ਕਿਸਾਨਾਂ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਐਲਾਨ ਕੀਤਾ ਉਹ ਕਿਸਾਨਾਂ ਨੂੰ ਮਿਲੇ ਤੇ ਉਹਨਾਂ ਦੇ ਕੋਲੋਂ ਕਈ ਜਾਣਕਾਰੀਆਂ ਹਾਸਲ ਵੀ ਕੀਤੀਆਂ ਸੋਚ ਸਮਝ ਕੇ ਨਿਕਲਿਓ ਅੱਜ ਘਰ ਤੋਂ ਬਾਹਰ ਭਾਰਤ ਬੰਦ ਜਾਣੋ ਕੀ ਰਹੇਗਾ ਖੁੱਲਾ ਤੇ ਕੀ ਰਹੇਗਾ ਬੰਦ ਦੱਸਾਂਗੇ ਤੁਹਾਨੂੰ ਵਿਸਥਾਰ ਦੇ ਨਾਲ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਭਾਰਤ ਬੰਦ ਦਾ ਅੱਜ ਸਮਰਥਨ ਕਰਦੇ ਹੋ ਤਾਂ ਕਮੈਂਟ ਸੈਕਸ਼ਨ 'ਚ ਯੈਸ ਲਿਖ ਦਿਓ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਦੋਸਤੋਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਕੇਂਦਰੀ ਖੇਤੀਬਾੜੀ ਕਾਨੂੰਨਾਂ ਵਿਰੁੱਧ ਆਪਣੇ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਕਿਸਾਨ ਸੰਗਠਨਾਂ ਨੇ ਸੋਮਵਾਰ ਨੂੰ 27 ਸਤੰਬਰ ਨੂੰ ਅੱਜ ਭਾਰਤ ਬੰਦ ਕਰਨ ਦਾ ਸੱਦਾ ਦਿੱਤਾ ਹੈ। ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਭਾਰਤ ਬੰਦ ਦਾ ਇਹ ਸੱਦਾ ਸ਼ਾਮ 6 ਵਜੇ ਤੋਂ 4 ਵਜੇ ਤੱਕ ਲਾਗੂ ਰਹੇਗਾ। ਵਿਰੋਧੀ ਪਾਰਟੀਆਂ ਨੇ ਵੀ ਹੁਣ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਇਸ ਸੰਘਰਸ਼ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਕਾਂਗਰਸ CPIM ਤੋਂ ਲੈ ਕੇ NCP ਆਮ ਆदमी पार्टी ਤੇ ਤ੍ਰਿੰਦ મૂਲ காங்கிரஸ் ਅਜਹੀਆਂ ਵਿਰੋਧੀ ਪਾਰਟੀਆਂ ਨੇ ਭਾਰਤ ਬੰਦ ਦੀ ਹਮਾਇਤ ਕੀਤੀ ਹੈ ਤੇ 26 ਸਤੰਬਰ ਨੂੰ ਦਿੱਲੀ ਦੀਆਂ ਸਰਹੱਦਾਂ ਤੇ ਕਿਸਾਨਾਂ ਦੇ ਵਿਰੋਧ ਚੱਲਦੇ ਹੋਏ 10 ਮਹੀਨੇ ਅੰਦੋਲਨ ਨੂੰ ਹੋ ਜਾਣਗੇ ਤੇ ਭਾਰਤ ਬੰਦ ਦਾ ਪ੍ਰਭਾਵ ਉਹਨਾਂ ਰਾਜਾਂ ਵਿੱਚ ਜ਼ਿਆਦਾ ਦਿਖਾਈ ਦੇ ਸਕਦਾ ਜਿੱਥੇ ਵਿਰੋਧੀ ਸਰਕਾਰਾਂ ਹਨ ਭਾਰਤ ਬੰਦ ਤੇ ਲੁਧਿਆਣਾ ਵਿੱਚ ਬਸਾਂ ਦੀ ਆਵਾਜ਼ਾਈ ਰਹੇਗੀ ਠੱਪ ਟ੍ਰੇਨਾਂ ਦਾ ਸੰਚਾਲਨ ਜਾਰੀ ਹੈ ਟਰਾਂਸਪੋਰਟ ਵਿਭਾਗ ਦੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਉਹ ਕਿਸਾਨਾਂ ਦੇ ਦੇ ਮੋਢੇ ਦੇ ਨਾਲ ਮੋੜਾ ਜੋੜ ਕੇ ਖਰਨਗੇ ਬੱਸਾਂ ਨਹੀਂ ਚਲਾਉਣਗੇ ਰੇਲਵੇ ਦੀ ਸੁਰੱਖਿਆ ਲਈ ਆਰਪੀਐਫ ਅਤੇ ਜੀਆਰਪੀ ਤਤ ਪਰ ਹੋ ਗਈ ਹੈ ਜੀ ਆਰਪੀਐਫ ਦੀਆਂ ਟੀਮਾਂ ਲਗਾਤਾਰ ਵਰਤ ਰਹੀਆਂ ਨੇ ਸਾਵਧਾਨੀ ਬਠਿੰਡਾ ਦੇ ਵਿੱਚ ਪੜਕੇ ਕਿਸਾਨਾਂ ਨੇ ਅਫਸਰਾਂ ਨੂੰ ਦੱਸਿਆ ਮਾਪਜਾ ਖਾਨ ਵਾਲੇ ਚੋਰ ਸੀਐਮ ਚੰਨੀ ਨੇ ਖੇਤੀ ਵਿਭਾਗ ਨੂੰ ਦਿੱਤੇ ਸਖਤ ਹੁਕਮ ਕਪੂਰਥਲਾ ਦੀ ਕਿਰਨਦੀਪ ਕੌਰ ਬਾਣੀ ਆਈਏਐਸ ਅਫਸਰ ਤੇ ਕੇਂਦਰ ਸਰਕਾਰ ਦੀ ਨਵੀਂ ਮੁਸੀਬਤ AIBOC ਨੇ ਕਿਸਾਨਾਂ ਦੇ ਹੱਕ ਵਿੱਚ ਕਰ ਦਿੱਤਾ ਇਹ ਵੱਡਾ ਐਲਾਨ ਕਿਸਾਨਾਂ ਦੇ ਭਾਰਤ ਬੰਦ ਨੂੰ ਆਲ ਇੰਡੀਆ ਬੈਂਕ ਆਫਿਸਰਜ਼ ਕਨਫੈਡਰੇਸ਼ਨ ਕਨਫੈਡਰੇਸ਼ਨ ਦੀ ਹਮਾਇਤ ਦੇਣ ਦਾ ਐਲਾਨ ਕੀਤਾ ਹੈ ਕਨਫੈਡਰੇਸ਼ਨ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਕਿਸਾਨਾਂ ਦੀਆਂ ਮੰਗਾਂ ਬਾਰੇ ਉਹਨਾਂ ਨੂੰ ਗੱਲਬਾਤ ਕਰੇ ਤੇ ਰੱਦ ਤਿੰਨ ਕਾਲੇ ਖਨੇਤੀ ਕਾਨੂੰਨ ਕਰੇ ਯੂਨੀਅਨ ਨੇ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਕੇਂਦਰ ਦੀ ਯੋਜਨਾ ਤੇ ਸਵਾਲ ਉਠਾਏ ਹਨ ਯੂਨੀਅਨ ਨੇ ਕਿਹਾ ਹੈ ਕਿ ਪ੍ਰਤੀ ਖੇਤੀਬਾੜੀ ਪਰਿਵਾਰ ਬਕਾਇਆ ਕਰਜ਼ਾ 2013 ਦੇ ਵਿੱਚ 47000 ਸੀ ਜੋ 18 ਦੇ ਵਿੱਚ ਵੱਧ ਕੇ 74000 ਹੋ ਗਿਆ ਟਿਕਟ ਨੇ ਭਾਜਪਾ ਦੇ ਲਈ ਖੜੀ ਕੀਤੀ ਨਵੀਂ ਮੁਸੀਬਤ ਖੇਤੀ ਕਾਨੂੰਨਾਂ ਦੇ ਨਾਲ ਦੋ ਹੋਰ ਮੋਰਚਿਆਂ ਦੇ ਐਕਸ਼ਨ ਦਾ ਐਲਾਨ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਕੇਸ਼ ਟਿਕੜ ਨੇ ਖੇਤੀਬਾੜੀ ਕਾਨੂੰਨਾਂ ਦੇ ਨਾਲ ਨਾਲ ਹੋਰ ਦੋ ਮੋਰਚਿਆਂ ਦਾ ਐਲਾਨ ਸਰਕਾਰ ਦੇ ਖਿਲਾਫ ਮੋਰਚਾ ਬੰਦੀ ਸ਼ੁਰੂ ਕਰ ਦਿੱਤੀ ਆ ਆਪਣੇ ਇੰਟਰਨੈਟ মিডিਆ ਅਕਾਊਂਟ ਤੇ ਟਵਿੱਟਰ ਤੇ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਹਾਲੇ ਵੀ ਖੇਤੀ ਕਾਨੂੰਨਾਂ ਦੇ ਕਾਲੇ ਕਾਨੂੰਨ ਵਾਪਸ ਨਹੀਂ ਲਾਏ ਹੁਣ ਯੂਨੀਅਨ ਖੇਤੀਬਾੜੀ ਕਾਨੂੰਨਾਂ ਤੇ ਗੰਨੇ ਦੇ ਨਾਲ ਬਿਜਲੀ ਦਾ ਮੁੱਦੇ ਤੇ ਵੀ ਸਟੈਂਡ ਲਵੇਗੀ। ਉਹਨਾਂ ਨੇ ਐਲਾਨ ਕੀਤਾ ਕਿ ਯੂਪੀ ਦੇ ਵਿੱਚ ਗੰਨੇ ਦਾ ਰੇਟ 450 ਰੁਪਏ ਤੋਂ ਘੱਟ ਪ੍ਰਵਾਨ ਨਹੀਂ ਕੀਤਾ ਜਾਵੇਗਾ। ਸਰਕਾਰ 4.5 ਸਾਲ ਪਹਿਲਾਂ ਆਪਣੇ ਚੋਣ ਮਨੋਰਥ ਵਿੱਚ 370 ਦੇਣ ਦਾ ਵਾਅਦਾ ਕੀਤਾ ਸੀ ਪਰ ਹਾਲੇ ਤੱਕ ਉਹ ਵੀ ਨਹੀਂ ਮਿਲਿਆ। 2020 ਨਵੰਬਰ ਦੇ ਵਿੱਚ ਕਿਸਾਨ ਇੱਥੇ ਟੈਂਟ ਲਾ ਕੇ ਗਏ ਸਨ ਜੋ ਅਜੇ ਤੱਕ ਨਹੀਂ ਉਖਾੜੇ ਗਏ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਨੂੰ ਬੁਲਾ ਕੇ ਕਈ ਦੌਰ ਦੀ ਗੱਲਬਾਤ ਕੀਤੀ ਪਰ ਕਿਸਾਨ ਜਥੇਬੰਦੀਆਂ ਆਪਣੀ ਮੰਗ ਤੇ ਹੀ ਅੜੀਆਂ ਨੇ ਪੰਜਾਬ ਦੇ ਕੇਜਰੀਵਾਲ ਬਣੇ ਨਵੇਂ ਮੁੱਖ ਮੰਤਰੀ ਚਰਨਜੀਤ ਚੰਨੀ ਸੋ ਵੱਡੀ ਖਬਰ ਆ ਦੋਸਤੋ ਪੰਜਾਬ ਦੇ ਕੇਜਰੀਵਾਲ ਨਵੇਂ ਮੁੱਖ ਮੰਤਰੀ ਚਰਨਜੀਤ ਚੰਨੀ ਬਣ ਚੁੱਕੇ ਨੇ ਚੰਨੀ ਵੱਲੋਂ ਮੁੱਖ ਮੰਤਰੀ ਦੀ ਸਕਿਉਰਿਟੀ ਨੂੰ ਤਾਇਨਾਤ 1000 ਤੋਂ ਵੱਧ ਪੁਲਿਸ ਮੁਲਾਜ਼ਮਾਂ ਤੋਂ ਵਿੱਚੋਂ 50 ਤੋਂ ਵੱਧ ਅਲੀਸ਼ਾਨ ਗੱਡੀਆਂ ਦੇ ਕਾਫਲੇ ਬਾਰੇ ਜੋ ਬਿਆਨ ਦਿੱਤਾ ਗਿਆ ਉਹ ਆਮ ਅਤੇ ਪੰਜਾਬੀਆਂ ਨੂੰ ਬੇਹੱਦ ਪ੍ਰਭਾਵਿਤ ਕਰ ਰਿਹਾ ਹੈ ਕੈਬਨਟ ਮੰਤਰੀਆਂ ਦੀ ਲਿਸਟ ਦੇ ਵਿੱਚ ਮੋੜ ਹੋਇਆ ਫੇਰ ਬਦਲ ਧਰਮਸੋਤ ਨੇ ਸਾਥੀਆਂ ਸਣੇ ਛੱਡੀ ਪਾਰਟੀ ਜਾਣੂ ਕਿਹੜੀ ਪਾਰਟੀ ਦੇ ਵਿੱਚ ਹੋਏ ਸ਼ਾਮਲ ਹੋਏ ਵੀ ਦੋਸਤੋ ਵੱਡੀ ਖਬਰ ਆ ਜਿਹਨੂੰ ਬਿਗ ਬ੍ਰੇਕਿੰਗ ਨਿਊਜ਼ ਕਹਿੰਦੇ ਆ ਅਕਾਲੀ ਦਲ ਦੇ ਸਰਗਰਮ ਆਗੂ ਰਹੇ ਮਖਤਿਆਰ ਸਿੰਘ ਧਰਮਸੂਤ ਨੇ ਸਾਥੀਆਂ ਦੇ ਨਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਵਿੱਚ ਸ਼ਮੂਲੀਅਤ ਕਰ ਲਈ ਧਰਮਸੂਤ ਹਲਕਾ ਸ਼ੁਤਰਾਣਾ ਦੇ ਵੱਡੇ ਤੇ ਸਰਗਰਮ ਆਗੂ ਨੇ ਉਹ ਬਲਾਕ ਮੈਂਬਰ ਬਲਾਕ ਸਮਤੀ ਦੇ ਮੈਂਬਰ ਹੋਣ ਦੇ ਨਾਲ-ਨਾਲ ਬਾਜ਼ੀਗਰ ਫਰੰਟ ਪੰਜਾਬ ਦੇ 77 ਨਿਯੁਕਤ ਕੀਤੇ ਗਏ ਹਨ ਪੰਜਾਬ ਕੈਬਨਿਟ ਦਾ ਵਿਸਥਾਰ ਵਿਰੋਧ ਦੇ ਬਾਵਜੂਦ ਰਾਣਾ ਗੁਰਜੀਤ ਨੂੰ ਬਣਾਇਆ ਗਿਆ ਕੈਬਨਿਟ ਮੰਤਰੀ ਪ੍ਰਧਾਨ ਮੰਤਰੀ ਦਾ ਸੰਯੁਕਤ ਰਾਸ਼ਟਰ ਦੇ ਬਾਹਰ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਹੋ ਰਹੇ ਨੇ ਖਬਰ ਏਜੰਸੀ ਆਈ ਏ ਐਨ ਐਸ ਦੇ ਮੁਤਾਬਕ ਮੋਦੀ ਖਿਲਾਫ ਚਾਰ ਵੱਖ-ਵੱਖ ਰੂਪ ਪ੍ਰਦਰਸ਼ਨ ਨੇ ਖਾਲਿਸਤਾਨ ਪੱਖੀ ਨੈਸ਼ਨਲ ਓਵਰਸੀਸ ਕਾਂਗਰਸ ਕਿਸਾਨਾਂ ਦੀ ਹਮਾਇਤ ਚੁਸਤਾਨਕ ਗੁਰਦੁਆਰਾ ਕਮੇਟੀ ਤੇ ਹਿੰਦੂਜ਼ ਫਾਰ ਹਿਊਮਨ ਰਾਈਟਸ ਨੂੰ ਵਕ ਵਕਤਾਵਾਂ ਤੇ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ ਗਈ ਵਿਰੋਧ ਕਰਨ ਵਾਲਿਆਂ ਦੇ ਵਿੱਚ ਖਾਲਿਸਤਾਨ ਪੱਖੀ ਸਿੱਖਾਂ ਦਾ ਜਥਾ ਸਭ ਤੋਂ ਵੱਡਾ ਸੀ ਤੇ ਉਹ ਕੇਸਰੀ ਝੰਡੇ ਚਲਾਰੇ ਸਨ ਤੇ ਹੱਥਾਂ 'ਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤ ਸਿੰਘ ਦੇ ਪ੍ਰਧਾਨ ਸਿਮਰਦੀਪ ਸਿੰਘ ਮਾਨ ਦੀਆਂ ਤਸਵੀਰਾਂ ਵੀ ਫੜੀਆਂ ਸਨ ਕੈਬਨਿਟ ਦੇ ਸੌਂਚ ਚੁੱਕ ਸਮਾਗਮ ਤੋਂ ਪਹਿਲਾਂ ਸਿੱਧੂ ਦੇ ਘਰ ਵਿੱਚ ਬੈਠਕ ਕਈ ਵਿਧਾਇਕ ਸ਼ਾਮਲ ਹੋਏ ਸੀ ਮੰਤਰੀ ਦੇ ਅਹੁਦੇ ਦੀ ਚਰਚਾ ਨਾਲ ਪ੍ਰਗਟ ਸਿੰਘ ਦੇ ਬਦਲੇ ਸੁਰ ਮਿਲ ਸਕਦਾ ਹੈ ਕੋਈ ਵੱਡਾ ਅਹੁਦਾ ਅੱਜ ਮੌਸਮ ਹੋਵੇਗਾ ਖਰਾਬ ਦਿੱਲੀ ਸਣੇ ਪੰਜਾਬ ਸਣੇ ਇਹਨਾਂ ਸੂਬਿਆਂ ਦੇ ਵਿੱਚ ਹੋ ਸਕਦੀ ਹੈ ਭਾਰੀ ਬਾਰਸ਼ ਉੱਤਰ ਭਾਰਤ ਦੇ ਸਮੇਤ ਕਈ ਰਾਜਾਂ ਦੇ ਵਿੱਚ ਸਲ ਭਾਰੀ ਮੀਂਹ ਪਿਆ ਸੋ ਦੱਖਣੀ ਤੇ ਪੱਛਮੀ ਭਾਰਤ ਦੇ ਵਿੱਚ ਮੌਨਸੂਨ ਵੀ ਬਾਰਸ਼ ਨੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ ਕੁਝ ਰਾਜਾਂ ਵਿੱਚ ਪਾਰੀ ਮੀਂਹ ਹੈ ਤਬਾਹੀ ਦੇ ਰੂਪ ਵਿੱਚ ਮੀਂਹ ਪਿਆ ਜਦ ਕਿ ਬਾਰਸ਼ ਉਸ ਦਿਨ ਹੋਰ ਜਾਰੀ ਰਹਿਣ ਦੀ ਸੰਭਾਵਨਾ ਮੌਸਮ ਵਿਭਾਗ ਦੇ ਅਨੁਸਾਰ ਦੇਸ਼ ਦੇ ਕਈ ਰਾਜਾਂ ਵਿੱਚ ਪਾਣੀ ਡਿੱਗਣ ਦੀ ਸੰਭਾਵਨਾ ਵੀ ਸਾਹਮਣੇ ਆਈ ਹੈ ਖੇੜ ਖੇੜ ਦੇ ਵਿੱਚ ਚਾਹ ਦੀ ਕੇਤਲੀ ਚ ਫਸ ਗਈ ਮਾਸੂਮ ਬੱਚੀ ਸੋ ਵੱਡੀ ਦੁਖਦਾਈ ਖਬਰ ਹੈ ਕੁੱਤੇ ਦਾ ਨਾਂ ਗਨੀਜ਼ ਬੁੱਕ ਆਫ ਰਕਾਰਡ ਦੇ ਵਿੱਚ ਹੋਇਆ ਦਰਜ ਤਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਕੁੱਤੇ ਨੇ ਵੀ ਗਿਨੀਜ਼ ਗਿਨੀਜ਼ ਬੁੱਕ ਆਫ ਦਾ ਵਰਲਡ ਰਿਕਾਰਡ ਦੇ ਵਿੱਚ ਆਪਣਾ ਨਾਮ ਦਰਜ ਕਰਵਾ ਲਿਆ ਹੈ ਉਹ ਸਿਰਫ ਆਪਣੇ ਕੰਨਾਂ ਦੀ ਵਜ੍ਹਾ ਦੇ ਨਾਲ 12.38 ਇੰਚ ਲੰਬੇ ਇਸ ਕੁੱਤੇ ਦੇ ਕੰਨ ਨੇ ਜੋ ਕਿ ਆਮ ਕੁੱਤਿਆਂ ਦੇ ਨਾਲੋਂ ਕਾਫੀ ਵੱਡੇ ਨੇ ਅਗਲੀ ਵੱਡੀ ਖਬਰ ਹੈ ਜੀ ਨਾ ਬਾਲਗ ਨਾਲ ਜ਼ਬਰਦਸਤੀ ਕਰਨ ਵਾਲੇ ਸਰਕਾਰੀ ਅਧਿਆਪਕ ਨੂੰ ਮਿਲੀ ਮਸਾਲੀ ਸਜ਼ਾ 20 ਸਾਲ ਰਹੇਗਾ ਜੇਲ੍ਹ ਦੇ ਵਿੱਚ ਉਸ ਨੂੰ ਮਾਨਸਾ ਤੋਂ ਜਿੱਥੇ ਐਡੀਸ਼ਨਲ ਸੈਸ਼ਨ ਜੱਜ ਮਨਜੋਤ ਕੌਰ ਦੀ ਅਦਾਲਤ ਨੇ ਦੋਸ਼ੀ ਮਾਸਟਰ ਜਗਤਾਰ ਸਿੰਘ ਪੁੱਤਰ ਹਰਬੰਸ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਮੀਰਾਪੁਰ ਖੁਰਦ ਟਾਣੀ ਫੂਸਮੰਡੀ ਤਹਿਸੀਲ ਸਰਦੂਰਕਾੜ ਨੂੰ ਨਾਬਾਲਗ ਲੜਕੇ ਨਾਲ ਜ਼ਬਰਜਨਾਹ ਦੇ ਦੋਸ਼ ਵਿੱਚ ਪੋਕਸੋ ਐਕਟ ਦੀਨ 20 ਸਾਲਾਂ ਦੀ ਸਖਤ ਸਜ਼ਾ ਦੇ ਨਾਲ ਨਾਲ 50000 ਰੁਪਏ ਜੁਰਮਾਨੇ ਦੀ ਸਜ਼ਾ ਵੀ ਸੁਣਾਈਆ ਜੁਰਮਾਨਾ ਨਾ ਕਰਨ ਦੀ ਸੂਰਤ ਵਿੱਚ ਦੋਸ਼ੀ ਨੂੰ 1 ਸਾਲ ਹੋਰ ਸਜ਼ਾ ਕੱਟਣੀ ਪਵੇਗੀ ਸਾਬਕਾ ਮੰਤਰੀਆਂ ਨੇ মিডিਆ ਸਾਹਮਣੇ ਸੁਣਾਇਆ ਆਪਣਾ ਦੁੱਖੜਾ ਗੁਰਪ੍ਰੀਤ ਸਿੰਘ ਕਾਂਗੜ ਵੀ ਰੋ ਰੋ ਹੋਇਆ ਆਖਾਂ ਪਾਰਾ ਇਹ ਸੋ ਇਹ ਵੀ ਵੱਡੀ ਖਬਰ ਆ ਦੋਸਤੋ ਰਾਣਾ ਗੁਰਜੀਤ ਤੇ ਉਸ ਤੋਂ ਪਹਿਲਾਂ ਦੋਸਤੋ ਜੋ ਤੁਹਾਡੇ ਨਾਲ ਆਪਾਂ ਖਬਰ ਸਾਂਝੀ ਕੀਤੀ ਸੀ ਬਲਵੀਰ ਸਿੱਧੂ ਵੀ ਭਾਵਕ ਹੋ ਚੁੱਕੇ ਸੀ ਸੁਖਵੀਰ ਬਾਦਲ ਨੇ ਆਪਣੀਆਂ 3 ਦੇ ਨਾਲ ਸੋਸ਼ਲ ਮੀਡੀਆ ਤੇ ਪੁਰਾਣੀ ਫੋਟੋ ਸ਼ੇਅਰ ਕੀਤੀ ਸੋ ਇਹ ਵੀ ਵੱਡੀ ਖਬਰ ਦੋਸਤੋ ਜੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਉਸ ਤੋਂ ਬਾਅਦ ਅਗਲੀ ਬਿਗ ਬ੍ਰੇਕਿੰਗ ਨਿਊਜ਼ ਆ ਗੇਟਮੈਨ ਸੁੱਤਾ ਰਹਿ ਗਿਆ ਖੁੱਲੇ ਜੋੜਾ ਫਾਟਕ ਤੇ ਆਣ ਪੂਜੀ ਟ੍ਰੇਨ ਜੋੜਾ ਫਾਟਕ ਤੇ ਵਾਪਰੇ ਰੇਲ ਹਾਦਸੇ ਤੋਂ ਬਾਅਦ ਹਾਲੇ ਵੀ ਵਿਭਾਗ ਸਬਕ ਲੈਂਦਾ ਨਜ਼ਰ ਨਹੀਂ ਆ ਰਿਹਾ ਐਤਵਾਰ ਨੂੰ ਸਵੇਰੇ ਤੜਕੇ 5:30 ਵਜੇ ਇੱਕ ਵਾਰ ਫਿਰ ਖੁੱਲੇ ਫਾਟਕ ਤੋਂ ਟ੍ਰੇਨ ਆਣ ਪੂਜੀ ਪਰ ਗੇਟਮੈਨ ਸੁੱਤਾ ਹੀ ਰਹਿ ਗਿਆ ਲੋਕਾਂ ਨੇ ਗੇਟਮੈਨ ਨੂੰ ਉਠਾਇਆ ਤਾਂ ਉਸਨੇ ਛੇਤੀ ਛੇਤੀ ਫਾਟਕ ਬੰਦ ਕਰਕੇ ਟ੍ਰੇਨ ਨੂੰ ਰਵਾਨਾ ਕੀਤਾ ਜਲੰਧਰ ਤੋਂ ਆ ਰਹੀ ਟ੍ਰੇਨ ਜੋੜਾ ਫਾਟਕ ਦੇ ਪਹੁੰਚੀ ਪਰ ਗੇਟਮੈਨ ਨੇ ਉਹ ਫਾਟਕ ਬੰਦ ਕੀਤਾ ਸੀ ਨਹੀਂ ਲੋਕਾਂ ਨੇ ਜਦੋਂ ਗੇਟਮੈਨ ਦਾ ਕਮਰਾ ਦੇਖਿਆ ਤਾਂ ਉਹ ਸੌ ਰਿਹਾ ਸੀ ਫਗਵਾੜਾ ਦੇ ਵਿੱਚ ਵੱਡੀ ਵਾਰਦਾਤ ਜਿੱਥੇ ਮੰਜੇ ਤੇ ਸੁੱਤੇ ਪਏ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਮੁੱਖ ਮੰਤਰੀ ਵਰਗੀਆਂ ਸਹੂਲਤਾਂ ਮੰਗਣ ਤੋਂ ਛਿੜੀਆਂ ਚਰਚਾਵਾਂ ਦੇ ਬਾਅਦ ਸਬੰਧਿਤ ਓਪੀ ਸੋਨੀ ਨੇ ਦਿੱਤੀ ਸਫਾਈ ਪੰਜਾਬ ਦੇ ਮੁੱਖ ਮੰਤਰੀ ਨੂੰ ਮੁੱਖ ਮੰਤਰੀ ਵਾਂਗ ਸਹੂਲਤਾਂ ਦੇਣ ਦੀ ਕੋਈ ਚਿੱਠੀ ਨਹੀਂ ਲਿਖੀ ਜਿਗਰ ਜੋਗਾ ਜਿਹੀਆਂ ਚਰਚਾਵਾਂ ਛਿੜੀਆਂ ਸੰਦ ਕਿਹਾ ਜਾ ਰਿਹਾ ਸੀ ਕਿ ਸੂਨੀ ਦੇ ਦਫਤਰ ਤੋਂ ਕੋਈ ਚਿੱਠੀ ਮੁੱਖ ਮੰਤਰੀ ਦਫਤਰ ਨੂੰ ਭੇਜੀ ਗਈ ਹੈ। ਰਾਣਾ ਗੁਰਜੀਤ ਨੂੰ ਮੁੱਖ ਮੰਤਰੀ ਬਣਾਉਣ ਤੇ ਬੋਲੇ ਸੁਖਪਾਲ ਖਹਿਰਾ ਪਾਰਟੀ ਨੂੰ ਹੋਵੇਗਾ ਬਹੁਤ ਵੱਡਾ ਨੁਕਸਾਨ। ਕਾਂਗਰਸ ਦੇ ਵਿੱਚ ਮੋੜ ਤੋਂ ਕਲੇਸ਼ ਮੰਤਰੀਆਂ ਦੀ ਸੂਚੀ ਤੇ ਲੱਗ ਸਕਦੀ ਆ ਬ੍ਰੇਕ। ਪ੍ਰੈਸ ਕਾਨਫਰੰਸ ਦੇ ਦੌਰਾਨ ਛਲਕਿਆ ਸਿੱਧੂ ਦਾ ਦਰਦ ਬੋਲੇ ਫਾਂਸੀ ਦੇਣ ਵੇਲੇ ਵੀ ਆਖਰੀ ਇੱਛਾ ਪੁੱਛੀ ਜਾਂਦੀ ਆ ਪਰ ਸਾਨੂੰ ਤਾਂ ਬੜਾ ਜਿਆਦਾ ਜਲੀਲ ਕੀਤਾ ਗਿਆ। ਪੱਕੇ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਸਤਲੁਜ ਦਰਿਆ ਦੇ ਬਣੇ ਗੇੜ ਦੇ ਉੱਤੇ ਚੜੇ ਕੱਚੇ ਅਧਿਆਪਕ 113000 ਕੱਚੇ ਅਧਿਆਪਕ ਜੋ ਸਿੱਖਿਆ ਵਿਭਾਗ ਵਿੱਚ ਪੱਕੇ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਅੱਜ ਮੰਗ ਨੂੰ ਲੈ ਕੇ ਸਤਲੁਜ ਦਰਿਆ ਦੇ ਉੱਤੇ ਹੈੱਡ ਤੇ ਚੜ ਗਏ ਅਗਲੀ ਵੱਡੀ ਖਬਰ ਹੈ ਦੋਸਤੋ ਮੰਤਰੀ ਦਾ ਉਹਦਾ ਨਾਮ ਮਿਲਨ ਦੇ ਸਾਹਮਣੇ ਆਏ ਕੁਲਜੀਤ ਨਾਗਰਾ ਦਾਵਾ ਮੈਂ ਐਮਐਲਏ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਕੁਲਜੀਤ ਨਾਗਰਾ ਦਾ ਨਾਮ ਪੰਜਾਬ ਦੀ ਨਵੀਂ ਸਰਕਾਰ ਦੇ ਮੰਤਰੀਆਂ ਦੇ ਅਹੁਦੇ ਤੋਂ ਆਖਰੀ ਸਮੇਂ ਕੱਢ ਦਿੱਤਾ ਗਿਆ ਉਹਨਾਂ ਦੀ ਜਗ੍ਹਾ ਕਾਕਾ ਰਣਦੀਪ ਨਾਬਾ ਨੂੰ ਮంత్రి ਬਨਾਇਆ ਜਾ ਰਿਹਾ ਇਸ ਤੋਂ ਬਾਅਦ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰ ਅੱਗੇ ਆਏ ਤੇ ਨਾਗਰ ਨੇ ਸਪਸ਼ਟ ਕੀਤਾ ਕਿ ਮੰਤਰੀ ਦੇ ਅਹੁਦੇ ਦੀ ਦੌੜ ਵਿੱਚ ਹੀ ਨਹੀਂ ਸਨ ਇਹ ਸਿਰਫ ਅਟਕਲਾਂ ਸਨ ਹਾਲਾਂਕਿ ਇਸ ਦਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਨਾਗਰ ਨੇ ਕਿਹਾ ਕਿ ਉਹ ਪਹਿਲਾਂ ਵਿਧਾਇਕ ਦੇ ਮੌਜੂਦਾ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਨੇ ਇਸ ਬਾਰੇ ਹਾਈ ਕਮਾਂਡ ਨੂੰ ਵੀ ਸੂਚਿਤ ਕੀਤਾ ਸੀ ਇੱਕੋ ਜ਼ਿਲ੍ਹੇ ਦੇ ਦੋ ਮੰਤਰੀਆਂ ਦੇ ਕਾਰਨ ਪੇਚ ਫਸ ਗਿਆ ਸੀ ਕਾਲੇ ਨੂੰ ਕਾਨੂੰਨਾਂ ਦੇ ਵਿਰੋਧ ਵਿੱਚ ਦੋ ਵਾਰ ਉਹਨਾਂ ਨੇ ਅਸਤੀਫਾ ਦਿੱਤਾ ਸੋ ਕੁਬੀਰ ਬਾਦਲ ਦਾ ਵੱਡਾ ਐਲਾਨ ਸ਼੍ਰੋਮਣੀ ਅਕਾਲੀ ਦਲ ਦੀ ਬਣੀ ਸਰਕਾਰ ਤਾਂ ਧਾਰਮਿਕ ਸਥਾਨਾਂ ਦੀ ਜ਼ਮੀਨ ਦੀ ਰਜਿਸਟਰੀ ਤੇ ਨਹੀਂ ਲੱਗੇਗੀ ਫੀਸ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਦਾ ਧਰਮ ਸਥਾਨ ਦੀ ਜ਼ਮੀਨ ਦੀ ਰਜਿਸਟਰੀ ਤੇ ਕੋਈ ਫੀਸ ਨਹੀਂ ਲੱਗੇਗੀ ਜੈਨ ਸਮਾਜ ਨੂੰ ਇੰਸਟੀਚੂਨਲ ਬਣਾਉਣ ਦੇ ਲਈ 20 ਏਕੜ ਜ਼ਮੀਨ ਦਿੱਤੀ ਜਾਵੇਗੀ ਅਕਾਲੀ ਵਰਕਰਾਂ ਦੇ ਨਾਲ ਸੁਖਵੀਰ ਬਾਦਲ ਨੇ ਬੈਠਕ ਵੀ ਕੀਤੀ ਪੰਜਾਬ ਕੈਬਨਿਟ ਤੋਂ ਕੱਢਣ ਤੇ ਕਾਂਗਰਸੀ ਆਗੂ ਦਾ ਨਿਕਲਿਆ ਰੋਣਾ ਉਹ ਇਹ ਵੀ ਵੱਡੀ ਖਬਰ ਆ ਦੋਸਤੋ ਉਹਨਾਂ ਨੇ ਕਿਹਾ ਜੀ ਸਾਡਾ ਕਸੂਰ ਦੱਸੋ ਸਾਡੀਆਂ ਅੱਖਾਂ ਪਰ ਆਈਆਂ ਨੇ ਪੰਜਾਬੀ ਅਦਾਕਾਰ ਸੂਨੀਆ ਮਾਨ ਦੇ ਆਪ ਦੇ ਵਿੱਚ ਸ਼ਾਮਲ ਹੋਣ ਦੀਆਂ ਅਫਵਾਹਾਂ ਦੇ ਚੱਲਦਿਆਂ ਅਦਾਕਾਰ ਵੱਲੋਂ ਦਿੱਤਾ ਗਿਆ ਵਿਸ਼ੇਸ਼ ਬਿਆਨ ਉਹਨਾਂ ਨੇ ਕਿਹਾ ਬਹੁਤ ਛੇਤੀ ਸਿਆਸਤ ਵਿੱਚ ਕਦਮ ਰੱਖਣ ਜਾ ਰਹੀ ਹੈ ਲੋਕਾਂ ਦਾ ਵੀ ਕਹਿਣਾ ਕਿ ਸੂਨੀਆ ਮਾਨ ਆਮ ਆਦਮੀ ਜੂ ਸ਼ਾਮਲ ਹੋ ਸਕਦੀ ਆ ਸੂਨੀਆ ਮਾਨ ਨੇ ਕਿਹਾ ਕਿ ਜਦੋਂ ਸੀਐਮ ਕੇਜਰੀਵਾਲ ਨੇ ਪੰਜਾਬ ਆਉਣਾ ਸੀ ਤਾਂ ਮੈਂ ਉਸ ਸਮੇਂ ਆਪ ਵਿੱਚ ਸ਼ਾਮਲ ਹੋਵਾਂਗੀ ਪਰ ਫਿਰ ਸੀਐਮ ਦਾ ਦੌਰਾ ਰੱਦ ਹੋ ਗਿਆ ਨਾ ਫੁਹਾਂ ਨੂੰ ਲੈ ਕੇ ਸੋਨੀਆ ਮਾਨ ਦਾ ਬਿਆਨ ਸਾਹਮਣੇ ਆਇਆ ਸੁਨੈਰੀਪ ਵਿਖੇ ਨਿਊਜ਼ੀਲੈਂਡ ਗਏ ਪੰਜਾਬੀ ਨੌਜਵਾਨ ਰੋਬਨਪ੍ਰੀਤ ਸਿੰਘ ਦੀ ਅਚਨਚੇਤ ਮੌਤ ਭਾਰਤ ਬੰਦ ਕਰਨ ਲੁਧਿਆਣਾ ਚ 11 ਥਾਵਾਂ ਤੇ ਰਹੇਗਾ ਟ੍ਰੈਫਿਕ ਜਾਮ ਨਿੱਜੀ ਵਿਦਿਅਕ ادارے ਵੀ ਰਹਿਣਗੇ ਬੰਦ ਸੋ ਅੱਜ ਭਾਰਤ ਬੰਦ ਦਾ ਅਸਰ ਵੱਖ-ਵੱਖ ਸ਼ਹਿਰਾਂ ਦੇ ਵਿੱਚ ਦੇਖਣ ਨੂੰ ਮਿਲੇਗਾ ਕਿਸਾਨ ਟੋਲ ਪਲਾਜ਼ਾ ਲੱਡਵਾਲ ਡੰਡਾਰੀ ਪੁਲ ਜਲੰਧਰ ਬਾਈਪਾਸ ਕੋਹਾਰਾ ਚੌਂਕ ਚੰਡੀਗੜ੍ਹ ਰੋਡ ਐਮਬੀਡੀ ਮਾਲ ਫਿਰੋਜ਼ਪੁਰ ਰੋਡ ਪਾਰਤਨਗਰ ਚੌਂਕ ਹੰਬੜਾ ਰੋਡ ਨੀਲੋ ਟੂਲ ਪਲਾਜ਼ਾ ਡੇਲੂ ਮੇਨ ਚੌਂਕ ਆਦ ਤੇ ਜਿਹੜੀ ਆਵਾਜਾਈ ਠੱਪ ਕਰਨਗੇ ਜ਼ਿਲ੍ਹਾ ਰੂਪਨਗਰ ਚੋਂ ਕਿਸਾਨ ਯੂਨੀਅਨਾਂ ਵੱਲੋਂ ਦਿੱਤੇ ਬੰਦ ਦੇ ਸੱਦੇ ਦੇ ਮੱਦੇ ਨਜ਼ਰ ਜ਼ਿਲ੍ਹਾ ਮੈਜਿਸਟ੍ਰੇਟ ਦੇ ਵੱਲੋਂ 27 ਸਤੰਬਰ ਨੂੰ ਧਾਰਾ 144 ਲਾਗੂ ਕਰ ਦਿੱਤੀ ਗਈ ਆ ਸੋ ਬਿਗ ਬ੍ਰੇਕਿੰਗ ਨਿਊਜ਼ ਆ ਭਾਰਤ ਸਰਕਾਰ ਦੇ ਵੱਲੋਂ ਪਾਸ ਕੀਤੇ ਗਏ ਕਾਲੇ ਖੇਤੀ ਕਾਨੂੰਨਾਂ ਦੇ ਵਿਰੁੱਧ ਚ ਕਿਸਾਨ ਯੂਨੀਅਨਾਂ ਵੱਲੋਂ ਅੱਜ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਇਸ ਦੌਰਾਨ ਯੂਨੀਅਨਾਂ ਵੱਲੋਂ ਸੜਕੀ ਰੇਲਾਵਾਜਾਈ ਤੇ ਚੱਕਾ ਜਾਮ ਕੀਤਾ ਜਾਵੇਗਾ ਇਸ ਬੰਦ ਨੂੰ ਹਮਾਇਤ ਮਜ਼ਦੂਰ ਵਿਦਿਆਰਥੀ ਸਮਾਜਿਕ ਅਤੇ ਬੰਦੀਆਂ ਤੇ ਸਿੱਖ ਜਥੇਬੰਦੀਆਂ ਵੱਲੋਂ ਦਿੱਤੀ ਗਈ ਹੈ ਇਸ ਦੇ ਮੱਦੇ ਨਜ਼ਰ ਜ਼ਿਲ੍ਹਾ ਰੂਪਨਗਰ ਦੇ ਵਿੱਚ ਚੰਮਨ ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣ ਲਈ ਕਿਸੇ ਕਿਸਮ ਦੀ ਆਗਣ ਸ਼ਾਸਤਰ ਅਸਲਾ ਵਿਸਫੋਟਕ ਜਲਨਸ਼ੀਲ ਵਸਤਾਂ ਤੇ ਤੇਜ਼ਦਾਰ ਹਥਿਆਰ ਚਲਾ ਕੇ ਚੱਲਣ ਦੀ ਮਨਾਹੀ ਹੈ ਪਾਰਤ ਬੰਦ ਦੀਆਂ ਤਿਆਰੀਆਂ ਮੁਕੰਮਲ ਸਵੇਰੇ 6 ਤੋਂ ਸ਼ਾਮ 4 ਵਜੇ ਤੱਕ ਜਿਲੇਚੂ ਬਾਰਾ ਥਾਵਾਂ ਤੇ ਲਾਏ ਜਾਣਗੇ ਸੜਕੀ ਜਾਮ ਸੋਏ ਵੀ ਵੱਡੀ ਖਬਰ ਹੈ ਸੀਐਮ ਜੋਗੀ ਦਾ ਕਿਸਾਨਾਂ ਨੂੰ ਤੋਹਫਾ ਗੰਨੇ ਦੇ ਸਮਰਥਨ ਦੇ ਮੁੱਲ ਵਿੱਚ ਕੀਤਾ 25 ਰੁਪਏ ਦਾ ਵਾਅਦਾ ਜੋਗੀ ਨੇ ਕਿਸਾਨਾਂ ਲਈ ਵੱਡਾ ਐਲਾਨ ਕਰਦਿਆ ਪ੍ਰਤੀ ਕੁਇੰਟਲ 25 ਰੁਪਏ ਦਾ ਵਾਅਦਾ ਕਰ ਦਿੱਤਾ ਹੁਣ ਗੰਨੇ ਦਾ ਸਮਰਥਨ ਮੁੱਲ ਪ੍ਰਤੀ ਕੁਇੰਟਲ 325 ਰੁਪਏ ਮਿਲਦਾ ਸੀ ਜੋ ਕਿ 25 ਤੋਂ ਵਧਣ ਤੋਂ ਬਾਅਦ 350 ਹੋ ਗਿਆ ਇੱਕ ਡੈਨ ਦੇ ਛੱਕ ਚ ਰਿਸ਼ਤੇਦਾਰਾਂ ਨੇ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਦਾਤ ਦੇ ਨਾਲ ਵੱਢਿਆ ਚਾਰਖੰਡ ਦੇ ਗੁੰਮਲਾ ਚ ਰਿਸ਼ਤੇਦਾਰਾਂ ਨੇ ਡੈਨ ਦੇ ਛੱਕ ਵਿੱਚ ਪਰਿਵਾਰ ਦੇ ਤਿੰਨ ਲੋਕਾਂ ਦੀ ਦਾਤ ਮਾਰ ਕੇ ਹੱਤਿਆ ਕਰ ਦਿੱਤੀ ਖੌਫਨਾਕ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਵਾਂ ਦੋਚੀਆਂ ਨੇ ਪੁਲਿਸ ਦੇ ਸਾਹਮਣੇ ਸਰੈਂਡਰ ਵੀ ਕਰ ਦਿੱਤਾ ਘੜਣਾ ਲੂਟੋ ਪੈਂਡ ਦੀਆ ਉਹਨਾਂ ਦੇ ਕੋਲੇ ਹੱਤਿਆ ਦੇ ਦੌਰਾਨ ਬਰਾਮਦ ਕੀਤਾ ਗਿਆ ਦਾਤ ਵੀ ਸ਼ਾਮਲ ਹੈ ਡਾਕਟਰ ਮਨਮੋਹਨ ਸਿੰਘ 99 ਸਾਲਾਂ ਦੀ ਹੋਏ ਮੋਦੀ ਤੋਂ ਲੈ ਕੇ ਕੈਪਟਨ ਸਤਅਕ ਸਾਬਣੇ ਦਿੱਤੀਆਂ ਵਧਾਈਆਂ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਤਾ ਗਦੀ ਦਿਵਸ ਮੌਕੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿੱਚ ਲੱਖਾਂ ਸੰਗਤਾਂ ਹੋਈਆਂ ਨਤਮਸਤਕ ਰੇਲਵੇ ਰਾਤ 12 ਵਜੇ ਤੋਂ ਹਾਈ ਅਲਰਟ ਤੇ ਗੇਟਮੈਨ ਦੀ ਕਲੀਅਰੈਂਸ ਤੋਂ ਬਾਅਦ ਹੀ ਅੱਗੇ ਵਧੇਗੀ ਟ੍ਰੇਨ 27 ਸਤੰਬਰ ਨੂੰ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਨੇ ਭਾਰਤ ਬੰਦ ਦੀ ਕਾਲ ਦੇ ਮੱਦੇਨਜ਼ਰ ਸੋਮਵਾਰ ਸਵੇਰੇ 6 ਵਜੇ ਤੋਂ ਕੋਈ ਵੀ ਟ੍ਰੇਨ ਗੇਟਮੈਨ ਦੇ ਕਲੀਅਰੈਂਸ ਤੋਂ ਬਿਨਾਂ ਅੱਗੇ ਨਹੀਂ ਵੱਧ ਸਕੇਗੀ 6 ਵਜੇ ਤੋਂ ਬਾਅਦਾਂ 12 ਤੋਂ ਕਿਸੇ ਵੀ ਟ੍ਰੇਨ ਨੂੰ ਅੱਗੇ ਵਧਣ ਲਈ ਸੀਐਚਸੀ ਕਲੀਅਰੈਂਸ ਲੈਣੀ ਹੋਵੇਗੀ रेलवे ਦੇ ਫਿਰੋਜ਼ਪੁਰ ਮੰਡਲ ਦੇ ਸੀਨੀਅਰ ਡਿਵੀਜ਼ਨਲ ਆਪਰੇਸ਼ਨ ਮੈਨੇਜਰ ਨੇ ਐਤਵਾਰ ਰਾਤ 12 ਵਜੇ ਤੋਂ ਰੇਲਵੇ ਅਮਲੇ ਨੂੰ ਹਾਈ ਅਲਰਟ ਤੇ ਰਹਿਣ ਦੇ ਨਿਰਦੇਸ਼ ਦਿੱਤੇ ਨੇ ਕਾਂਗਰਸ ਦੇ ਮੰਤਰੀਆਂ ਤੇ ਭ੍ਰਸ਼ਟਾਚਾਰ ਕਾਰਿਆਂ ਦੀ ਪੜਤਾਲ ਲਈ ਵਿਸ਼ੇਸ਼ ਹਾਈ ਕਮਿਸ਼ਨ ਬਣਾਇਆ ਜਾਵੇਗਾ ਸੁਖਵੀਰ ਬਾਦਲ ਨੇ ਕਿਹਾ ਕਾਂਗਰਸੀਆਂ ਤੇ ਉਹਨਾਂ ਦੇ ਨੇੜਲੇ ਰਿਸ਼ਤੇਦਾਰਾਂ ਦੇ ਮੀਨ ਹੋਣ ਵਾਸਤੇ ਸਿੱਧਤ ਸਾਰੇ ਫੈਸਲਿਆਂ ਦੀ ਸਮੀਖਿਆ ਲਈ ਜਾਵੇਗੀ ਕਾਂਗਰਸ ਪਾਰਟੀ ਨੇ ਕਿਹਾ ਕਿ ਮੁੱਖ ਮੰਤਰੀਆਂ ਦੇ ਦਫ਼ਤਰ ਦਾ ਸਨਮਾਨ ਕਰੇਗਾ ਤਾਂ ਚੰਨੀ ਨੂੰ ਰਬੜ ਦੀ ਮੂਰ ਵਾਂਗੂ ਨਾ ਵਰਤੇ ਵੱਖ-ਵੱਖ ਹਲਕਿਆਂ ਦੇ ਦੌਰੇ ਤੇ ਸਮੇਂ ਸਮੇਂ ਸमाज ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨਾਲ ਗੱਲਬਾਤ ਵੀ ਕੀਤੀ ਜਾਵੇ। ਪੰਜਾਬ ਦੇ ਜਵਾਨੀ ਤੇ ਕਿਸਾਨੀ ਨੂੰ ਤਬਾਹ ਕਰਨ ਲਈ ਜ਼ਿੰਮੇਵਾਰ ਹਨ ਬਾਦਲ ਅਤੇ ਕਾਂਗਰਸ ਕੁਲਤਾਰ ਸੰਧਵਾ ਨੇ ਵੱਡਾ ਬਿਆਨ ਦਿੱਤਾ ਹੈ। ਕਿਸਾਨ ਵਿੰਗ ਦੇ ਪ੍ਰਧਾਨ ਕੁਲਤਾਰ ਸਿੰਘ ਸੰਧਵਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਗੁਲਾਬੀ ਸੁੰਢੀ ਤੋਂ ਪ੍ਰਭਾਵਿਤ ਨਰਮਾ ਪੱਟੀ ਵਿੱਚ ਦੌਰਿਆਂ ਨੂੰ ਨਰੋਲ ਡਰਾਮਾ ਦਿੱਤਾ ਉਹਨਾਂ ਨੇ ਆਪ ਤਲੀਲ ਦਿੱਤੀ ਕਿ ਚਿੱਟੀ ਮੱਖੀ ਦੇ ਨਿਰਮਾਤਾ ਤੇ ਜਨਮਦਾਤਾ ਬਾਦਲ ਕਿਸੇ ਨੈਤਿਕਤਾ ਦੇ ਨਾਲ ਕਾਂਗਰਸ ਦੀ ਗੁਲਾਬੀ ਸੁੰਡੀ ਬਾਰੇ ਬੋਲ ਰਹੇ ਹਨ ਰਾਜਾ ਵੜਿੰਗ ਦੇ ਕੈਬਨਟ ਵਿੱਚ ਨਾਮ ਪੱਕਾ ਹੋਣ ਤੇ ਕਾਂਗਰਸੀ ਵਰਕਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਰਾਣਾ ਗਰਜੀਤ ਨੂੰ ਮੰਤਰੀ ਬਣਾਉਣ ਤੇ ਆਪ ਨੇ ਕੀਤੀ ਨਖੇਦੀ ਕਿਹਾ ਪੰਜਾਬ 'ਚ ਅਜੇ ਵੀ ਮਾਫੀਆ ਰਾਜ ਕਾਇਮ ਹੈ ਆਪ ਨੇ ਰਾਣਾ ਗਰਜੀਤ ਤੇ ਮੰਤਰੀ ਬਨਣ ਦੇ ਇਤਰਾਜ਼ ਦਿੱਤਾ ਕਿਹਾ ਭ੍ਰਸ਼ਟਾਚਾਰ ਦੇ ਦੋਸ਼ਾਂ ਨਾਲ ਲੱਤਪੱਤ ਵਿਅਕਤੀਆਂ ਨੂੰ ਮੰਤਰੀ ਵਜੋਂ ਸ਼ਾਮਲ ਕਰਨਾ ਲੋਕਤੰਤਰ ਦੀ ਤੋਹੀਨ ਹੈ ਆਮ ਆਦਮੀ ਪਾਰਟੀ ਇਸ ਦੀ ਰੱਜ ਕੇ ਨਖੇਦੀ ਕਰਦੀ ਹੈ ਕਟਕੜ ਕਲਾ ਵਿੱਚ ਭਗਤ ਸਿੰਘ ਰਾਜਗੁਰੂ ਸੁਖਦੇਵ ਦਾ ਬੁੱਤ ਸਥਾਪਿਤ ਕਰਕੇ ਦਿੱਤੀ ਸ਼ਹੀਦਾਂ ਨੂੰ ਸ਼ਰਧਾਂਜਲੀ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਤੋਂ ਸੇਧ ਲੈਣ ਦੀ ਲੋੜ ਹੈ ਪ੍ਰੋਫੈਸਰ ਜਗਮੋਹਨ ਸਿੰਘ ਹੋਮਵਰਕ ਨਾ ਕਰਨ ਤੇ ਟੀਚਰ ਨੇ ਕੁੱਟਿਆ ਵਿਦਿਆਰਥੀ ਨੂੰ ਮਾਪੇ ਪਹੁੰਚੇ ਥਾਣੇ ਅਧਿਆਪਕ ਉਤੇ ਪ੍ਰਿੰਸੀਪਲ ਦੇ ਸਾਹਮਣੇ ਉਸ ਨੂੰ ਕੁੱਟਣ ਦੇ ਦੋਸ਼ ਨੇ ਜਦਕਿ ਅਧਿਆਪਕਾ ਦਾ ਕਹਿਣਾ ਕਿ ਉਸਨੇ ਬੱਚੀ ਨੂੰ ਹੱਥ ਤੱਕ ਨਹੀਂ ਲਾਇਆ ਪਰ ਉਸਦੇ ਬੱਚੀ ਦੇ ਫੇਸ ਅਤੇ ਪਿੰਡੇ ਦੇ ਉੱਪਰ ਚਪੇੜਾਂ ਦੇ ਲਾਨ ਨਿਸ਼ਾਨ ਕਿੱਥੋਂ ਆਏ ਪੰਜਾਬ ਦੇ ਪ੍ਰਾਈਵੇਟ ਮੈਡੀਕਲ ਅਤੇ ਡੈਂਟਲ ਕਾਲਜਾਂ ਵਿੱਚ ਐਮ ਬੀ ਬੀ ਐਸ ਦੀ ਫੀਸ 'ਚ 5 ਫੀਸਦੀ ਵਾਧਾ ਪੰਜਾਬ ਦੇ ਸਾਰੇ ਪ੍ਰਾਈਵੇਟ ਮੈਡੀਕਲ ਅਤੇ ਡੈਂਟਲ ਕਾਲਜਾਂ ਵਿੱਚ ਐਮ ਬੀ ਬੀ ਐਸ, ਐਮ ਡੀ, ਐਮ ਐਸ, ਬੀ ਡੀ ਐਸ ਤੇ ਐਮ ਡੀ ਐਸ ਕੋਰਸਾਂ ਦੀ ਇੱਕ ਸਾਰ ਫੀਸ ਢਾਂਚਾ ਦਾ ਐਲਾਨ ਕਰਦੇ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਨੇ ਐਮ ਬੀ ਬੀ ਐਸ ਕੋਰਸਾਂ ਦੀ ਫੀਸ ਵਿੱਚ 5 ਪ੍ਰਤੀਸ਼ਤ ਵਾਧਾ ਕਰ ਦਿੱਤਾ ਹੈ ਪਹਿਲਾਂ ਪ੍ਰਾਈਵੇਟ ਮੈਡੀਕਲ ਕਾਲਜਾਂ ਦੇ ਵਿੱਚ ਪ੍ਰਬੰਧਨ ਕੋਟੇ ਦੀ ਸੀਟਲੀ ਐਮਵੀਬੀਐਸ ਕੋਰਸ ਦੀ ਫੀਸ 47.70 ਲੱਖ ਰੁਪਏ ਸੀ ਜੋ ਕਿ ਹੁਣ ਵਧ ਕੇ 50 ਲੱਖ ਰੁਪਏ ਕਰ ਦਿੱਤੀ ਗਈ ਹੈ। ਲੁਧਿਆਣਾ ਪਹੁੰਚੇ ਸੁਖਬੀਰ ਬਾਦਲ ਨੇ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਕੀਤਾ ਪ੍ਰਚਾਰ। ਉਹਨਾਂ ਨੇ ਕਿਹਾ ਜੀ ਕਾਂਗਰਸ ਨੂੰ ਅਕਾਲੀ ਦਲ ਦਾ ਦਿਲੋ ਧੰਨਵਾਦ ਕਰਨਾ ਚਾਹੀਦਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਦਲ ਨੇ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਇਹੋ ਜਿਹਾ ਬਣਾਇਆ ਜੋ ਖੁਦ ਫੈਸਲਾ ਨਹੀਂ ਲੈ ਸਕਦਾ ਇਥੋਂ ਤੱਕ ਕਿ ਆਪਣੀ ਕੈਬਨਿਟ ਦਾ ਫੈਸਲਾ ਨਹੀਂ ਲੈ ਸਕਦਾ। ਇਸ ਦੇ ਨਾਲ ਹੀ ਕਿਹਾ ਕਿ ਰੇਤ ਮਾਫੀਆ ਵਾਲਿਆਂ ਦਾ ਨਾਮ ਮੁੜ ਤੋਂ ਕੈਬਨਿਟ ਦੇ ਵਿੱਚ ਸ਼ਾਮਲ ਕੀਤਾ ਗਿਆ ਜੋ ਕਿ ਸਾਰਾ ਸਾਰ ਗਲਤ ਗੱਲ ਹੈ। ਅਗਲੀ ਵੱਡੀ ਖਬਰ ਆਜੀ ਸਿੰਘੂ ਬਾਰਡਰ ਤੇ ਜਾ ਰਹੇ ਕਿਸਾਨਾਂ ਦੇ ਕਾਫਲੇ ਨਾਲ ਵਾਪਰਿਆ ਦਰਦਨਾਕ ਹਾਦਸਾ ਨੌਜਵਾਨ ਕਿਸਾਨ ਦੀ ਹੋਈ ਮੌਤ ਧੰਨਵਾਦ